ਤੁਹਾਡੇ ਸਰੋਤਿਆਂ ਨੂੰ ਇੱਕੋ ਚੀਜ਼ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਸਾਊਥ ਵੈਸਟ ਦਾ ਕਮਰਾ ਨਹੀਂ ਦੇਣਾ। ਉਹਦੇ ਵਿੱਚ ਮੈਚਿਓਰਿਟੀ ਆ ਜਾਏਗੀ। ਅੱਛਾ। ਔਰ ਉਹਦੇ ਵਿੱਚ ਚੀਜ਼ ਇੱਕ ਹੀ ਆਏਗੀ ਕਿ ਉਹ ਘਰ ਦਾ ਪਿਓ ਬਣਨਾ ਸ਼ੁਰੂ ਹੋ ਜਾਏਗਾ। ਜਿਹੜਾ ਵੀ ਬੰਦਾ ਸਾਊਥ ਵੈਸਟ ਸੋਏਗਾ ਉਹਦੇ ਵਿੱਚ ਕੀ ਹੈ ਕਿ ਤੁਸੀਂ ਉਹਦੇ ਤੋਂ ਡਰਨ ਲੱਗ ਪੋਗੇ। ਤੁਹਾਡੇ ਸਰੋਤਿਆਂ ਨੂੰ ਇੱਕੋ ਚੀਜ਼ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਸਾਊਥ ਵੈਸਟ ਦਾ ਕਮਰਾ ਨਹੀਂ ਦੇਣਾ। ਅੱਛਾ। ਸਾਊਥ ਵੈਸਟ ਦਾ ਕਮਰਾ ਅਰਥ ਐਲੀਮੈਂਟ ਦੇ ਨਾਲ ਰਿਲੇਟਿਡ ਹੈ, ਰਾਹੂ ਦਾ ਕੋਰਨਰ ਹੈ। ਅੱਛਾ। ਉਹਦੇ ਵਿੱਚ ਮੈਚਿਓਰਿਟੀ ਆ ਜਾਏਗੀ। ਅੱਛਾ। ਔਰ ਉਹਦੇ ਵਿੱਚ ਚੀਜ਼ ਇੱਕ ਹੀ ਆਏਗੀ ਕਿ ਉਹ ਘਰ ਦਾ ਪਿਓ ਬਣਨਾ ਸ਼ੁਰੂ ਹੋ ਜਾਏਗਾ। ਜਿਹੜਾ ਵੀ ਬੰਦਾ ਸਾਊਥ ਵੈਸਟ ਸੋਏਗਾ ਉਹਦੇ ਵਿੱਚ ਕੀ ਹੈ ਕਿ ਤੁਸੀਂ ਉਹਦੇ ਤੋਂ ਡਰਨ ਲੱਗ ਪੋਗੇ। ਬੜੇ ਐਸੇ ਮਾਂ ਪਿਓ ਨੇ, ਇਹ ਇਹ ਠੀਕ ਹੈ ਤੁਹਾਡੀ ਗੱਲ, ਕਈ ਆਪਾਂ ਦੇਖੀਦਾ ਨਿਊਜ਼ ਦੇ ਵਿੱਚ ਵੀ ਆਉਂਦਾ ਜਾਂ ਆਮ ਦੁਨੀਆਚਾਰੀ 'ਚ ਵੀ ਇਹ ਚੀਜ਼ ਆਉਂਦੀ ਹੈ ਕਿ ਬੱਚਾ ਮਾਂ ਪਿਓ ਨੂੰ ਸਾਰੇ ਘਰ ਨੂੰ ਅੱਗੇ ਲਾਈ ਫਿਰਦਾ। ਬਿਲਕੁਲ। ਔਰ ਤੁਸੀਂ ਦੇਖੋ ਔਨ ਰਿਕਾਰਡ ਕਿ ਜਿਨ੍ਹਾਂ ਨੇ ਵੀ ਆਪਣੇ ਮਾਂ ਪਿਓ ਨੂੰ ਅੱਗੇ ਲਾਇਆ ਬੱਚਿਆਂ ਨੇ ਛੋਟੀ ਉਮਰ ਦੇ ਸਕੂਲ ਗੋਇੰਗ ਬੱਚਿਆਂ ਨੂੰ, ਅੱਛਾ ਚਾਹੇ ਡਰਾ ਕੇ ਮੈਂ ਮਰ ਚੱਲਾਂ ਮੈਂ ਭੱਜ ਚੱਲਾਂ ਮੈਨੂੰ ਫੋਨ ਲੈ ਦਿਓ ਮੈਨੂੰ ਗੱਡੀ ਲੈ ਦਿਓ, ਅਤੇ ਉਹ ਮਤਲਬ ਆਰਟ ਹੋ ਗਈ ਨਾ, ਉਹ ਉਹਨੂੰ ਸਮਝ ਆ ਗਿਆ ਕਿ ਮੇਰੇ ਘੜੀ ਦੀ ਮੱਛੀ ਨੇ ਇਹ ਕਿਤੇ ਨਹੀਂ ਜਾਣੇ। ਉਹ ਜਿਹੜਾ ਬੱਚਾ ਸਾਊਥ ਵੈਸਟ ਸਾਊਥ 'ਚ ਕਮਰਾ ਸੋਏਗਾ ਉਹ ਸਾਰੇ ਘਰ ਨੂੰ ਕੰਟਰੋਲ ਕਰੇਗਾ ਔਰ ਆਪ ਐਸ਼ ਐਯਾਸ਼ੀ ਡਰੱਗਸ ਚੀਜ਼ਾਂ ਦੇ ਵਿੱਚ ਪੈ ਜਾਏਗਾ। ਬਹੁਤ ਰੇਅਰ ਚਾਂਸ ਹੈਗੇ ਨੇ, ਜੇ 10 'ਚੋਂ ਮਤਲਬ 100  'ਚੋਂ ਕਵਾਂਗਾ 10 ਜੇ ਬਚ ਜਾਣ ਜਿਹਨਾਂ ਦਾ ਪਰਸਨਲ ਕੋਈ ਪਲੈਨਟ ਬਹੁਤ ਅੱਛਾ ਹੋਵੇ ਅਤੇ ਉਹ ਪੜ੍ਹਾਈ ਵੱਲ ਚਲੇ ਜਾਣ, ਨਹੀਂ ਤਾਂ 90% ਬੱਚੇ ਮਤਲਬ ਗਲਤ ਪਾਸੇ ਗਲਤ ਇਮੈਚਿਓਰ ਚੀਜ਼ਾਂ ਵੱਲ ਜਾਣ। ਇਹਨੂੰ ਕਿਵੇਂ ਆਪਾਂ ਦੇਖਾਂਗੇ ਜੇ ਦੱਸਣਾ ਤੁਸੀਂ ਦੱਸੋ। ਜਿੱਦਾਂ ਆਪਾਂ ਪਿਛਲਾ ਕਮਰਾ ਦੇਖਿਆ ਸੀ ਨੌਰਥ ਵੈਸਟ ਦਾ, ਇਹ ਵੀ ਉੱਦਾਂ ਹੀ ਹੈ ਕਿ ਜਦੋਂ ਅਸੀਂ ਡੁੱਬਦੇ ਵੱਲ ਆਪਣਾ ਫੇਸ ਕਰਾਂਗੇ ਤੇ ਖੱਬਾ ਪਾਸਾ ਡੁੱਬਦੇ ਵੱਲ ਫੇਸ ਕਰਕੇ ਖੱਬਾ ਪਾਸਾ ਜਿਹੜਾ ਉਹ ਸਾਊਥ ਵੈਸਟ ਆਉਂਦਾ। ਸਾਊਥ ਵੈਸਟ ਦੇ ਵਿੱਚ ਕਮਰਾ ਛੋਟੀ ਏਜ ਟੀਨ ਏਜ ਅਨਮੈਰਿਡ ਬੱਚਿਆਂ ਨੂੰ ਨਹੀਂ ਦੇਣਾ ਕਿਸੇ ਵੀ ਕੀਮਤ ਤੇ। ਜੇ ਕਮਰਾ ਬਦਲ ਲੈਣਗੇ ਪੈ ਜੂਗਾ ਫਰਕ? ਪੈਂਦਾ ਹੈ ਫਰਕ, ਪੈਂਦਾ ਪਿਆ ਫਰਕ। ਔਰ ਜਿੰਨੇ ਉਹ ਚੀਜ਼ ਨੂੰ ਦੇਖਣਾ ਹੋਵੇ ਉਹ ਮੈਨੂੰ ਮਿਲ ਸਕਦਾ, ਮੈਂ ਉਹਨਾਂ ਨੂੰ। ਔਰ ਉਹ ਪੇਰੈਂਟਸ ਇੰਨੇ ਅੱਛੇ ਨੇ, ਔਰ ਕਿਉਂਕਿ ਅੱਛੀ ਜਿੱਦਾਂ ਤੁਸੀਂ ਗੱਲ ਕੀ ਅੱਛੀ ਚੀਜ਼ ਦਾ ਵਧਾ ਹੋਣਾ ਚਾਹੀਦਾ, ਲੋਕਾਂ ਨੂੰ ਫਰਕ ਪੈਣਾ ਚਾਹੀਦਾ, ਉਹਨਾਂ ਨੂੰ ਮੈਂ ਮਿਲਵਾ ਵੀ ਸਕਦਾ ਵਾਂ। ਔਰ ਜਿਨ੍ਹਾਂ ਦੇ ਵਿਗੜੇ ਨੇ ਉਹ ਕਈ ਵਾਰੀ ਚਲੋ ਔਰ ਫੋਰ ਇੱਕ ਆਪਣਾ ਸਿਕਿਉਰਿਟੀ ਰੀਜ਼ਨ ਜਾਂ ਕੀ ਕਹਿੰਦੇ ਆਪਣੀ ਸੈਲਫ ਰਿਸਪੈਕਟ ਕਰਨ ਨਹੀਂ ਚਾਹੁੰਦੇ ਹੋਣਗੇ, ਪਰ ਮੈਂ ਉਹਨਾਂ ਦਾ ਵੀ ਦੱਸ ਸਕਦਾ ਵਾਂ। ਅਤੇ ਇਹਦੇ ਵਿੱਚ ਕੋਈ ਉਮਰ ਦਾ ਕੋਈ ਉਹ ਨਹੀਂ ਹੁੰਦਾ ਕਿ ਇੰਨੀ ਉਮਰ ਤੋਂ ਵੱਧ ਵਾਲਾ ਬੱਚਾ ਨਹੀਂ ਸੌ ਸਕਦਾ ਛੋਟਾ? ਨਹੀਂ, ਇਹਦੇ ਵਿੱਚ ਅਸੀਂ ਐਡਵਾਈਸ ਕਰਦੇ ਹਾਂ ਕਿ ਜਿਹੜਾ ਮੈਰਿਡ ਕਪਲ ਹੈ ਜਿਹੜਾ ਸਾਊਥ ਵੈਸਟ, ਦੇਖੋ ਭਾਜੀ ਪਹਿਲੇ ਸਮੇਂ ਦੇ ਵਿੱਚ ਹਰ ਚੀਜ਼ ਦੀ ਮੈਚਿਓਰਿਟੀ ਟਾਈਮ ਨਾਲ ਆਉਂਦੀ ਸੀ, ਹੈ ਨਾ ਬੰਦ। ਅੱਜ ਤੁਸੀਂ ਬੱਚਿਆਂ ਦੀ ਗੱਲ ਕੀਤੀ ਸੀ, ਮੈਂ ਤੁਹਾਨੂੰ ਇੱਕ ਗੱਲ ਪੁੱਛੂੰਗਾ, ਬਚਪਨ ਰਹਿ ਕਿੱਥੇ ਗਿਆ? ਇਹ ਤਾਂ ਜੰਮਦੇ ਹੀ ਮੈਨੂੰ ਲੱਗਦਾ ਸਿੱਧਾ ਮੈਚਿਓਰ ਹੋ ਜਾਂਦੇ ਨੇ, ਜੰਮਦੇ ਹੀ ਤੁਸੀਂ ਪੁੱਠੀਆਂ ਚੀਜ਼ਾਂ ਖਾਣੀਆਂ, ਸ਼ਾਰਟਕੱਟ ਚਾਹੀਦਾ ਸਾਨੂੰ। ਉਹ ਜਿਹੜੀ ਉਹ ਫ੍ਰੀਕੁਐਂਸੀ ਹੈ ਉਹ 4x4 ਕਰ ਦੇਗੀ, ਔਰ ਜਿਹੜੀ ਤੇਜ਼ ਕਰ ਦੇਗੀ। ਤੁਸੀਂ ਆਪਣੇ ਬੱਚੇ ਨੂੰ ਈਸਟ ਵੱਲ ਕਮਰਾ ਦਿਓ, ਨੌਰਥ ਵੱਲ ਦਿਓ, ਨੌਰਥ ਵੈਸਟ ਵੱਲ ਦਿਓ, ਸਾਊਥ ਈਸਟ ਵੱਲ ਵੀ ਦੇ ਦਿਓ, ਮਗਰ ਸਾਊਥ ਵੈਸਟ ਔਰ ਸਾਊਥ ਨਹੀਂ ਦੇਣਾ, ਕਿਉਂਕਿ ਇਹ ਬਹੁਤ ਜ਼ਿਆਦਾ ਨੁਕਸਾਨ ਕਰੇਗਾ।